ਥੀਏਟਰ ਤੇ ਗੋਰਖਾਂ ਦੇਖ ਐਵੇਂ ਪੰਪ ਐਕਸ਼ਨ ਦਾ ਸਬਰਾਂ ਤਾਂ ਤੇ ਮਾਰ ਪੈ ਰਹੀ ਹੈ। ਟਰਮੀਨੇਟਰ ਨੇ ਜਿਹੜੇ ਸ਼ੁਰੂ ਚ ਬੂਟ ਪਾਏ ਨੇ ਨਾ ਇਸ ਟਰਮੀਨੇਟਰ ਫਿਲਮ ਚ, ਉਹ ਇਹਦੇ ਨਾਲ ਹੀ ਜਵਾਨ ਹੋਏ ਨੇ ਇੱਥੇ ਤੱਕ ਆ ਗਏ। ਟਰਮੀਨੇਟਰ ਨੇ ਤੇ ਪੈਂਟ ਲਾ ਕੇ ਪਿੱਛੇ ਮੋਟਰਸਾਈਕਲ ਤੇ ਬੰਨੀ ਸੁੱਕਦੀ ਜਾ ਰਹੀ। ਨਹੀਂ ਵੈਸੇ ਸ਼ੌਕੀ ਸਾਹਿਬ ਨੇ ਇਹ ਹੁਣ ਮਜ਼ਾਕ ਤੋਂ ਹਟ ਕੇ ਗੱਲ ਨਹੀਂ ਆਦੇ, ਸ਼ੌਕੀ ਸਾਹਿਬ ਨੇ ਬੜਾ ਅਸੀਂ ਕੰਮ ਕੀਤਾ ਇਕੱਠੇ। ਅੱਛਾ ਜੀ, ਤੇ ਫਿਰ ਉਹਨਾਂ ਨੇ ਕੀ ਕੀਤਾ? ਨਹੀਂ ਨਹੀਂ ਨਹੀਂ, ਉਹ ਇੱਥੇ ਅਸੀਂ ਇੱਕ ਡਰਾਮਾ ਕਰ ਰਹੇ ਤੇ ਉਹ ਨਾ ਲਾਲਾ ਸ਼ਹਿਜ਼ਾਦ ਪਹਿਲਾਂ ਤੇ ਉਹਨਾਂ ਨੇ ਇਹਦੀਆਂ ਫਲੈਕਸਾਂ ਲਓ, ਮੈਂ ਨਾਂ ਨਹੀਂ ਲਵਾਂਗਾ ਫਨਕਾਰ ਦਾ। ਅੱਛਾ, ਇਹਨਾਂ ਫਲੈਕਸਾਂ ਨਾ ਸ਼ੌਕੀ ਸਾਹਿਬ ਦੀਆਂ ਲੱਗ ਗਈਆਂ, ਲਕਸ਼ਮੀ ਚੌਂਕ ਇੱਧਰ ਮੰਗ ਵੇਖ ਰਹੇ ਸਾਰੇ ਪਾਸੇ ਫਲੈਕਸਾਂ ਫਲੈਕਸਾਂ ਤੇ ਬੜਾ ਕਰੰਟ ਮਾਹੌਲ ਇਹਦਾ। ਸ਼ਾਰਟਕਟ ਇਹ ਕਿ ਨਾ ਇਹਦੀ ਜਿੱਥੇ ਐਂਟਰੀ ਸੀ ਉਸ ਤੋਂ ਪਹਿਲਾਂ ਵੜਿਆ ਹੈ। ਅੱਛਾ, ਤੇ ਰਿਸੈਪਸ਼ਨ ਕਵੇ ਭਰੇ ਹਟ ਭਰੇ ਹਟ ਗਿਆ। ਵਾ ਵਾ, ਇਹਨੇ ਭਾਈ ਸ਼ਾਹਦ ਖਾਨ ਨੂੰ ਤੋਤਾ ਲਾ ਤਾ ਬੜਾ ਟਕਾਵਾਂ ਰੱਖ ਕੇ। ਅੱਛਾ, ਸ਼ਾਹਦ ਖਾਨ ਮੈਨੂੰ ਉੱਤੇ ਕਵੇ ਕੀ ਇਹ, ਮੈਂ ਕਿਹਾ ਮੈਨੂੰ ਤਾਂ ਨਹੀਂ ਪਤਾ ਕੀ। ਠੀਕ ਹੈ, ਉਹ ਪਤਾ ਚੱਲਿਆ ਕਿ ਲਾਲੇ ਸ਼ਹਿਜ਼ਾਦ ਨੇ ਉਹਨੇ ਆਣ ਕੇ ਸ਼ਾਹਦ ਖਾਨ ਸਾਹਿਬ ਨੇ ਆਣ ਕੇ ਕਿਹਾ ਸ਼ੌਕੀ ਪਤਾ ਨਹੀਂ ਗੁਆਚਿਆ ਹੈ, ਉੱਥੇ ਵੀ ਤਸਵੀਰ ਉਹਦੀ ਲਾਈ, ਉੱਥੇ ਵੀ ਲਾਈ, ਤੇ ਲਾਲਾ ਜੀ ਨੇ ਇਹਨੂੰ ਐਵੇਂ ਕਿਹਾ ਕਿ ਤਰਾ ਮਜ਼ਾ, ਤੇ ਜਦੋਂ ਚਾਹਵੇ ਬਗੈਰ ਤੇ ਅੱਗੋਂ ਅਗਲੇ ਨੂੰ ਬਹੁਤ ਬੁਰਾ। ਨਹੀਂ ਬਹੁਤ ਬੁਰਾ ਇਹ ਨੇ ਜੇ, ਦੋ ਤਿੰਨ ਫਨਕਾਰ ਨੇ ਸਾਡੇ ਫੀਲਡ ਦੇ ਵਿੱਚ ਜਿਹੜੇ ਲੇਂਜ ਨੇ, ਜਿਨ੍ਹਾਂ ਕੋਲ ਜਾਨ ਛਡਾਉਣੀ ਬਹੁਤ ਮੁਸ਼ਕਲ ਹੈ, ਉਹਦੇ ਵਿੱਚ ਇੱਕ ਸ਼ੌਕੀ ਵੀ ਬਹੁਤ ਘੱਟ। ਮੈਂ ਕਿਉਂ ਰੰਗੀਲਾ ਸਾਡੀ ਗੱਲ ਰੰਗੀਲਾ ਸਾਹਿਬ ਤੁਹਾਡਾ ਰੰਗਾ, ਕਿਉਂਕਿ ਰੰਗੀਲਾ ਸਾਹਿਬ ਤੁਸੀਂ ਸੀਨੀਅਰ ਫਨਕਾਰ, ਸੁਪਰਮੈਨ ਤੇ ਅੱਗੇ ਹੱਥ ਕਰਕੇ ਉੱਡਦਾ ਕਹਿੰਦਾ ਕਾਂ ਵੱਜਦਾ ਮੈਂ ਨਹੀਂ ਤੇ ਇਹਨੂੰ ਵੇਦਰ ਲਵਾਏ ਵਿੱਚ ਜਿਹੜਾ ਆਪ ਬਣਾਈ ਨਾ ਉਹਨੂੰ ਕਰ ਸਕਦਾ ਇਨਸਾਨ। ਵੈਸੇ ਆਪ ਇੱਕ ਬਾਤ ਬਤਾਏ, ਆਪ ਮੌਲਾ ਜੱਟ ਦਾ ਕੈਰੇਕਟਰ ਕੀ ਹੈ ਆਪਨੇ? ਹਾਂਜੀ ਹਾਂਜੀ, ਤਾਂ ਕੋਈ ਅੱਛਾ ਡਾਇਲੋਗ ਹੋ ਜਾਏ ਆਪਕਾ। ਸਰ ਡਾਇਲੋਗ ਕੀ, ਮੌਲਾ ਜੱਟ ਜੀ ਜਿਹੜਾ ਇਹਨਾਂ ਨੂੰ ਲਾਚਾ ਪਾਇਆ, ਤੁਹਾਨੂੰ ਪਤਾ ਉਹਦੇ ਤੋਂ ਬੜੇ ਬੜੇ ਕੰਮ ਲੈ। ਹਾਂਜੀ ਹਾਂਜੀ, ਬੈਠੀ ਦੀ ਗਾਣੇ ਤੋਂ ਨਹੀਂ ਅਸੀਂ ਹਮਲਾ ਚਾਹੀਦਾ, ਵੱਡਾ ਪ੍ਰਿੰਟ ਸੀ ਉਹਦੇ ਉੱਤੇ, ਮੈਂ ਆਵੇ ਉਹ ਕੁੜੀ ਬੈਠੀ ਗਾਣੇ ਤੋਂ ਪੜਿਆ, ਗਾਣਾ ਲੇਟ ਹੋ ਗਿਆ ਜੀ, ਰਾਵਤ ਸਾਹਿਬ ਮੇਰਾ ਲਾਚਾ ਲੈ ਗਿਆ। ਮੌਲਾ ਜੱਟ ਨੇ ਚੁੱਕਵਾ ਲਾਚਾ ਮਾਰਿਆ, ਮੌਲਾ ਜੱਟ ਤੇ ਚਾਂਜਰ ਦੀ ਪਾਵਾਂ ਛਿਣਕਾਰ ਕਰ ਰਹੇ ਆ। ਸੁਲਤਾਨੀ ਸਾਹਿਬ ਦਾ ਜਿਹੜਾ ਦੌਰ ਸੀ ਨਾ, ਅੱਲਾ ਉਹਨਾਂ ਨੂੰ ਜਨਤਾ ਚ ਘਰ ਦਿੰਦਾ, ਜਿਹੜਾ ਬੰਦਾ ਹਾਲ ਚ ਉਹਦੀ ਫਿਲਮ ਦੇਖਦਾ ਸੀ ਨਾ ਬਹਿ ਕੇ, ਉਹ ਜਦੋਂ ਰਾਈ ਸਾਹਿਬ ਕੁੜੀ ਨੂੰ ਮੂੰਹ ਨਹੀਂ ਸੀ ਨਾ ਲਾਉਂਦਾ, ਉਹ ਬੰਦਾ ਸਮਝਦਾ ਸੀ ਇਹ ਮੈਂ ਹੈਗਾ। ਟਰਮੀਨੇਟਰ ਬਰਫ ਵਾਲੇ ਕੋ ਜਾ ਕੇ ਸੂਆ ਮਾਰ ਲਿਆ, ਕਹਿੰਦਾ ਉਹਦੀ ਵੀ ਅੱਖ ਨਹੀਂ। ਟਰਮੀਨੇਟਰ ਸਲਾਈ ਮਸ਼ੀਨ ਲੈ ਕੇ ਕਫਨ ਸੀ ਰਿਹਾ, ਉਹ ਟਰਮੀਨੇਟਰ ਨੇ ਜਿਹੜੇ ਬੂਟ ਪਾਏ ਨਾ ਪਹਿਲੇ, ਟਰਮੀਨੇਟਰ ਤੇ ਗੋਰਖਾਂ ਦੇ
ਐਵੇਂ ਪੰਪ ਐਕਸ਼ਨ ਦਾ ਕਮਰਾ ਕੱਢ ਰਿਹਾ ਤੂੰ ਮਾਰ ਪੈ ਰਹੀ ਹੈ ਟਰਮੀਨੇਟਰ ਨੇ ਜਿਹੜੇ ਸ਼ੁਰੂ ਚ ਬੂਟ ਪਾਏ ਨੇ ਨਾ ਇਸ ਟਰਮੀਨੇਟਰ ਫਿਲਮ ਚ ਉਹ ਇਹਦੇ ਨਾਲ ਹੀ ਜਵਾਨ ਹੋਏ ਨੇ ਇੱਥੇ ਤੱਕ ਆ ਗਏ ਸੈਰ ਕਰਾ ਕੇ ਲਿਆਂਦਾ ਹੁੰਦਾ ਸੀ ਕਦੀ ਬਾਟਾ ਵਾਲਿਆਂ ਦੇ ਕਦੀ ਸਰਵਿਸ ਵਾਲਿਆਂ ਦੇ ਨਹੀਂ ਫਾਈਟ ਮਤਲਬ ਟਰਮੀਨੇਟਰ ਕਰ ਰਿਹਾ ਤੇਰੇ ਕੋ ਮੂੰਹ ਨਾ ਕਰ ਆ ਵਿਸ਼ੂਮ ਟਰਮੀਨੇਟਰ ਦੀ ਗੱਲ ਹੈ ਦੁਸ਼ਮਣ ਨੂੰ ਪੂਰੇ ਸ਼ਹਿਰ ਨਾਲ ਅੱਛਾ ਉਹਨਾਂ ਨੇ ਇਹਨੂੰ ਨਾਂ ਨਹੀਂ ਦੇਣਾ ਟਰਮੀਨੇਟਰ ਖਲੋਤਾ ਉਹਨੇ ਨਹਾਣਾ ਪਬਲਿਕ ਕੁਛ ਉਹਨੂੰ ਨਾਂ ਨਹੀਂ ਦੇ ਰਹੀ ਮੰਨ ਰਹੀ ਟਰਮੀਨੇਟਰ ਨੇ ਬੋਲੀ ਸਾੜ ਲਿਆ ਸ਼ਾਟ ਦੇ ਵਿੱਚ ਇੰਨਾ ਮਗਨ ਹੋ ਗਿਆ ਕਿ ਸੰਘਾਰ ਇੱਧਰ ਪੁੱਠੀ ਲੈ ਤੈਨੂੰ ਛੋੜ ਦੇਵਾ ਇਹ ਮੇਰੇ ਵਾਸ ਨਹੀਂ ਤੈਨੂੰ ਜੈ ਬਚਾਇਆ ਮੂੰਹ ਲਾਇਆ ਗਿੱਲਾ 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 ਡੱਬਾ ਪਾਈਏ ਨਾ ਨਹਿਰ ਦੇ ਉੱਤੇ ਤੇ ਫਿਰ ਗਿੱਲਾ ਸ਼ਿਕਵਾ ਅੱਛਾ ਸ਼ਿਕਵਾ ਗਿੱਲਾ ਗਿੱਲਾ ਕਰਨਾ ਅੱਛਾ ਸ਼ਿਕਵਾ ਸ਼ਿਕਵਾ ਅੱਛਾ ਮੁਖੜਾ ਧੋ ਗਿਆ ਗਿੱਲਾ ਕਰਨਾ ਮਸ਼ੂਕ ਸੀ ਪਿੱਛੇ ਬਦਲੋ ਦੂਰ ਲੋਕਾਂ ਨੂੰ ਪਤਾ ਚੱਲ ਰਿਹਾ ਕਿ ਉੱਡ ਰਿਹਾ ਪਿੱਛੋਂ ਪੈਂਟ ਚੇਂਜ ਕਰ ਰਹੀ ਹੈ ਅੱਗੇ ਵੀ ਉੱਡ ਰਿਹਾ ਤੇ ਪਿੱਛੋਂ ਵੀ ਉੱਡ ਰਿਹਾ ਮਾਸ਼ਾਅੱਲਾ ਮੂੰਹ ਤੁਹਾਡੇ ਸਦਕਾ ਲੈਣ ਵਾਲੇ ਨੇ ਤੇ ਟਰਮੀਨੇਟਰ ਨੂੰ ਤੁਸੀਂ ਗੱਲਾਂ ਚਲੋ ਛੱਡੋ ਜ਼ਫਰ ਸਫਾਰੀ ਸਾਹਿਬ ਤੁਸੀਂ ਆਪਣੀ ਗੱਲ ਦੱਸੋ ਜੀ ਜੀ ਅੱਗੇ ਆਪਣੀ ਦੱਸੋ ਦੇਖੋ ਇਹ ਗਾਣਾ ਫਿਲਮ ਚੱਲੇ ਮੈਡਮ ਚੱਲਣਾ ਹਾਂ ਫਿਲਮ ਵਾਲੇ ਆਉਣੀ ਜ਼ਿੰਦਗੀ ਦੀ ਚੈਸ ਚੈਸ ਅੱਛੀ ਹੈ ਇਹ ਦੇਖੋ ਇਹ ਚੈਸ ਜਿਹੜੀ ਹੈ ਨਾ ਅੱਛਾ ਬੜਾ ਹੀ ਅੱਛਾ ਕੁਸ਼ਚਨ ਮੋਸਟਲੀ ਕਿਆ ਹੋਤਾ ਹੈ ਕਿ ਘਰ ਕੀ ਮੁਰਗੀ ਦਾਲ ਬਰਾਬਰ
कभी घर वालों ने आर्टिस्ट माना आपको माना जी मैं पहले नहीं कहने लगी थी अल्हम्दुलिल्लाह नहीं मानते हैं टाइम पे खाना देते हैं और नहीं वो तो सबको ही मिलता है नहीं भी मिलता ना नहीं क्यों नहीं मिलता क्यों नहीं मिलता कई बेचारे कहने साबर वाले को दाल फट दिया बाबर को दाल फट दिया नहीं कभी आर्टिस्ट घर दे कट ही मानते हैं ਮੰਨਦੇ ਆ ਨੇ ਲੇਕਿਨ ਉਹਨਾਂ ਨਾਲ ਲੇਕਿਨ ਫਿਰ ਵੀ ਸਾਰੇ ਅਸੀਂ ਬਹੁਤ ਅੱਛੇ ਆਰਟਿਸਟ ਹਾਂ ਮਾਸ਼ਾਅੱਲਾ ਬੜਾ ਮਜ਼ਾ ਆਇਆ ਮੈਡਮ ਤੁਹਾਡਾ ਮੈਂ ਬੜੀ ਇੱਕ ਮਿੰਟ ਗੱਲ ਕਰਨੀ ਹਾਂ ਹਾਂ ਜ਼ਰੂਰ ਇੱਕ ਮਿੰਟ ਆਪਕੋ ਵੀ ਮੌਕਾ ਦੇ ਦਿਓ ਆਪ ਦੇਖ ਰਹੇ ਇੱਕ ਮਿੰਟ ਮੈਂ ਆਪਕੋ ਮੌਕਾ ਦੂੰਗੀ ਆਪ ਦੇਖ ਰਹੇ ਥੇ ARS ਪਾਕਿਸਤਾਨ ਇਸਕਾ ਫੀਡਬੈਕ ਦੀਜੀਏਗਾ ਆਪਕੋ ਇਹ ਪ੍ਰੋਗਰਾਮ ਕੈਸਾ ਲਗਾ ਔਰ ਮਜ਼ੀਦ ਆਪਕੇ ਲਈ ਇਸਸੇ ਵੀ ਖੂਬਸੂਰਤ ਪ੍ਰੋਗਰਾਮ ਆਪਕੀ ਖਿਦਮਤ ਮੇਂ ਲੇਕਰ ਆਤੇ ਰਹੇਂਗੇ ਹਾਂ ਤੋ ਕਿਆ ਕਹਿ ਰਹੇ ਥੇ ਆਪ ਮੈਂ ਜਦੋਂ 1500 ਮੰਗ ਲੈਣਾ ਫਾਇਦਾ ਕੋਈ ਨਹੀਂ ਐਸ ਕਰਨ ਦੇ ਆ ਖੁੱਲੇ ਨਹੀਂ ਮੇਰਾ ਬੱਚਾ ਨਾ ਅਗਰ ਖੁੱਲੇ ਹੁੰਦੇ ਜ਼ਰੂਰ ਦਿੰਦੇ ਅੱਲਾਹ ਭਲਾ ਕਰੇ ਆਰਟਿਸਟ ਨੂੰ ਸਟਾਰਟ ਤੋਂ ਬੜੀਆਂ ਟੈਨਸ਼ਨਾਂ ਹੁੰਦੀਆਂ ਨੇ ਖੈਰ ਹੋਵੇ ਲੋ ਜੀ ਨਾਜ਼ਰੀਨ ਹੈ ਅਜੇ ਇਸ ਫੀਲਡ ਦੀ ਮੁਨਾਫਕਤ ਹੈ ਮੇਰੀ ਗੱਲ ਪੂਰੀ ਨਹੀਂ ਹੋਣ ਦਿੱਤੀ ਉਹ ਬਾਏ ਬਾਏ ਕਰਕੇ ਸਾਰੇ ਟੁੱਟ ਗਏ ਸਾਰੀ ਕਿਲਪਤਰੀ